ਇਸ ਸਮੇਂ ਤੁਸੀਂ ਇੱਕ ਨੰਨੀ ਜਿਹੀ ਬੱਚੀ ਦੀ ਤਸਵੀਰ ਦੇਖ ਰਹੇ ਹੋ। ਇਹਨਾਂ ਨਾਲ ਇਬਾਦਤ ਹੈਗਾ ਅਤੇ ਇਬਾਦਤ ਬੈਠ ਨਹੀਂ ਸਕਦੇ ਔਰ ਗਰਦਨ ਜਿਹੜੀ ਆ ਹਿਲਾ ਨਹੀਂ ਸਕਦੇ। ਇਹਨਾਂ ਵੱਲੋਂ ਟੈਸਟ ਕਰਵਾਏ ਗਏ ਨੇ, ਉਹ ਟੈਸਟ ਵਿੱਚ ਇੱਕ ਬਿਮਾਰੀ ਸਾਹਮਣੇ ਆਈ ਹੈ, ਉਹਦੇ ਵਿੱਚ 5 ml ਦਾ ਉਹ ਇੰਜੈਕਸ਼ਨ ਹੈ ਔਰ ਉਹਦੀ ਕੀਮਤ 14.5 crore ਹੈ। ਬੱਚੇ ਤਾਂ ਮਾਪਿਆਂ ਨੂੰ ਬਹੁਤ ਪਿਆਰੇ ਹੁੰਦੇ, ਸਭ ਨੂੰ ਪਤਾ ਹੈ। ਆਪਣੇ ਬੱਚੇ ਨੂੰ ਇੱਦਾਂ ਦੇਖਣਾ ਬਹੁਤ ਔਖਾ ਹੈ, ਬਹੁਤ ਸ਼ੌਕਿੰਗ ਸੀ ਸਾਡੇ ਲਈ। ਪਹਿਲਾਂ ਤਾਂ ਇੱਕ ਵਾਰੀ ਰੋ ਰੋ ਕੇ ਤਾਂ ਬੈਠ ਕੇ ਵੀ ਹੁਣ ਕੀ ਕਰਾਂਗੇ ਅਸੀਂ, ਵੀ ਬਹੁਤ ਔਖਾ ਟਾਈਮ ਹੈ। ਤੁਹਾਨੂੰ ਕਦੋਂ ਪਤਾ ਲੱਗਾ ਸੀ, ਕਿੰਨੇ ਮੰਥ ਦੀ ਸੀਗੀ ਇਬਾਦਤ ਜਦੋਂ ਇਹ ਪਤਾ ਲੱਗ ਗਿਆ ਸੀ ਕਿ ਹੁਣ 14.5 crore ਦਾ ਟੀਕਾ ਲਵਾਉਣਾ ਪੈਣਾ, ਇੰਜੈਕਸ਼ਨ ਲਵਾਉਣਾ ਪੈਣਾ? ਜੈਨਟਿਕ ਟੈਸਟ 'ਚ ਇਹਨੂੰ SMA type 1 ਡਿਟੈਕਟ ਹੋਇਆ ਅਤੇ ਅਗਾਂਹ ਫਰਦਰ ਉਹਨਾਂ ਨੇ ਜੋ ਇੰਜੈਕਸ਼ਨ ਦੱਸਿਆ ਉਹ ਸਾਡੇ ਲਈ ਸ਼ੌਕਿੰਗ ਸੀਗਾ, ਵੀ ਇੰਨਾ ਮਹਿੰਗਾ ਇੰਜੈਕਸ਼ਨ ਅਸੀਂ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਅਤੇ ਇੰਨਾ ਕਿੱਥੋਂ ਅਸੀਂ ਕਵਰ ਕਰ ਸਕਦੇ ਜੀ ਇਹਨੇ। ਮਾਂ ਪਿਓ ਦਾ ਤਾਂ ਉਦੋਂ ਹੀ ਮਰਨ ਹੋ ਜਾਂਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਬੱਚੇ ਦੇ ਵਿੱਚ ਇਹ ਬਿਮਾਰੀ ਹੈਗੀ ਹੈ। ਇੱਕ ਵਾਰੀ ਤਾਂ ਬੈਠ ਜੀ ਦਾ ਰਹਿੰਦਾ ਜੀ ਨਾਲ, ਫਿਰ ਗੁਰੂ ਮਹਾਰਾਜ ਨੂੰ ਧਿਆ ਕੇ ਫਿਰ ਕੋਈ ਨਵਾਂ ਤਰੀਕਾ ਉਹ ਕੱਢ ਦਿੰਦੇ ਆ। ਮੇਰੀ ਇਹ ਅਪੀਲ ਆ ਵੀ ਤੁਸੀਂ ਵੱਧ ਤੋਂ ਵੱਧ ਸਾਡੀ ਹੈਲਪ ਕਰੋ, ਡੋਨੇਟ ਕਰੋ, ਸ਼ੇਅਰ ਕਰੋ, ਤਾਂ ਜੋ ਅਸੀਂ ਇਬਾਦਤ ਨੂੰ ਬਚਾ ਸਕੀਏ ਅਤੇ ਇਹ ਵੀ ਅਸੀਂ ਦੁਨੀਆ ਨੂੰ ਦੇਖ ਸਕੀਏ, ਇੱਕ ਤੰਦਰੁਸਤੀ ਵਾਲੀ ਜ਼ਿੰਦਗੀ ਜਿਉਂ ਸਕੀਏ। ਇਸ ਸਮੇਂ ਤੁਸੀਂ ਇੱਕ ਨੰਨੀ ਜਿਹੀ ਬੱਚੀ ਦੀ ਤਸਵੀਰ ਦੇਖ ਰਹੇ ਹੋ। ਇਹਨਾਂ ਨਾਲ ਇਬਾਦਤ ਹੈਗਾ ਅਤੇ ਇਬਾਦਤ ਬੈਠ ਨਹੀਂ ਸਕਦੇ ਔਰ ਆਪਣੀ ਗਰਦਨ ਜਿਹੜੀ ਆ ਹਿਲਾ ਨਹੀਂ ਸਕਦੇ ਕਿਉਂਕਿ ਇਹਨਾਂ ਵੱਲੋਂ ਟੈਸਟ ਕਰਵਾਏ ਗਏ ਨੇ। ਉਹ ਟੈਸਟ ਵਿੱਚ ਇੱਕ ਬਿਮਾਰੀ ਸਾਹਮਣੇ ਆਈ ਹੈ, ਉਹਦੇ ਵਿੱਚ ਬੱਚੇ ਦੀ ਸਪਾਈਨਲ ਦੀ ਗਰੋਥ ਜਿਹੜੀ ਆ ਉਹ ਨਹੀਂ ਹੁੰਦੀ, ਬੋਨਸ ਦੀ ਗਰੋਥ ਨਹੀਂ ਹੁੰਦੀ ਔਰ ਜਦੋਂ ਇਹਨਾਂ ਨੇ ਟੈਸਟ ਕਰਵਾਇਆ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਇੱਕ ਇਲਾਜ ਹੈਗਾ, ਉਹ ਇਲਾਜ ਇੱਕ ਟੀਕਾ ਹੈਗਾ ਔਰ 5 ml ਦਾ ਉਹ ਇੰਜੈਕਸ਼ਨ ਹੈ ਔਰ ਉਹਦੀ ਕੀਮਤ 14.5 crore ਹੈ। ਤਾਂ ਇੱਕ ਵਾਰੀ ਤਾਂ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਹੈ ਸਕਦੀ ਦਿਖਾਈ ਦਿੱਤੀ ਔਰ ਦੇਖ ਸਕਦੇ ਹੋ ਇਬਾਦਤ ਵੀ ਨਾਲ ਆ ਇਹਨਾਂ ਦੇ, ਮਾਂ ਪਿਓ ਵੀ ਨਾਲ ਨੇ, ਗੱਲਬਾਤ ਕਰ ਲੈਂਦੇ ਇਹਨਾਂ ਦੇ ਪੇਰੈਂਟਸ ਦੇ ਨਾਲ ਇਬਾਦਤ ਦੇ। ਭਾਈ ਕਿੱਦਾਂ ਪਤਾ ਲੱਗਾ ਸਭ ਤੋਂ ਪਹਿਲਾਂ ਕਿ ਆਖਰ ਪ੍ਰੋਬਲਮ ਕੀ ਹੈ, ਕਿੱਥੋਂ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਕਿਹੜੇ ਹਸਪਤਾਲ ਦੇ ਵਿੱਚ ਲੈ ਕੇ ਗਏ ਸੀ? ਸਰ ਇਹਨੂੰ ਜਦੋਂ 2.5 ਮਹੀਨਿਆਂ ਦੀ ਸੀਗੀ ਸਰ, 2.5 ਮਹੀਨਿਆਂ 'ਤੇ ਜਦੋਂ ਇਹਨਾਂ ਦੇਖਿਆ ਵੀ ਇਹਦੀ ਮੂਵਮੈਂਟ ਨਹੀਂ ਹੈ, ਬਾਹਾਂ ਦੀ ਲੱਤਾਂ ਦੀ ਇਹਦੀ ਮੂਵਮੈਂਟ ਨਹੀਂ ਹੋ ਰਹੀ ਸੀ, ਸੋ ਅਸੀਂ ਇਸੇ ਲਈ ਇਹਨੂੰ ਆਪਣੇ ਲੋਕਲ ਡਾਕਟਰ ਨਾਲ ਕੰਸਲਟ ਕੀਤਾ ਜੀ ਮੋਗੇ। ਉਹਨਾਂ ਨੇ ਜਦੋਂ ਦੇਖ ਕੇ ਉਹਨਾਂ ਨੇ ਆਖਿਆ ਵੀ ਬੱਚੀ ਹਜੇ ਛੋਟੀ ਹੈ, ਵੀ ਤੁਸੀਂ ਲੁਧਿਆਣੇ ਡਾਕਟਰ ਗੁਰਪ੍ਰੀਤ ਕੋਚਰ ਨੇ ਉਹਨਾਂ ਨਾਲ ਕੰਸਲਟ ਕਰੋ। ਅਤੇ ਜਦੋਂ ਅਸੀਂ ਉਹਨਾਂ ਨਾਲ ਕੰਸਲਟ ਕੀਤਾ ਉਹਨਾਂ ਨੇ ਇੱਕ ਜੈਨਟਿਕ ਟੈਸਟ ਲਿਖ ਕੇ ਦਿੱਤਾ ਸਾਨੂੰ ਅਤੇ ਉਹ ਜੈਨਟਿਕ ਟੈਸਟ 'ਚ ਇਹਨੂੰ SMA type 1 ਡਿਟੈਕਟ ਹੋਇਆ, ਵੀ ਜਿਹਦੇ 'ਚ ਬੱਚਾ ਆਪਦੀ ਨਾ ਤਾਂ ਗਰਦਨ ਹੋਲਡ ਕਰ ਸਕਦਾ ਜੀ, ਨਾ ਹੀ ਬੈਠ ਸਕਦਾ ਜੀ, ਨਾ ਹੀ ਕੋਈ ਹੱਥਾਂ ਪੈਰਾਂ ਦੀ ਹੋਰ ਮੂਵਮੈਂਟ ਨਹੀਂ ਕਰ ਸਕਦਾ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਸਰ ਏਮਸ ਦਿੱਲੀ ਰੈਫਰ ਕਰਤਾ, ਅਸੀਂ ਉੱਥੇ ਜਾ ਕੇ ਆਪਦਾ ਇਹਨੂੰ ਚੈੱਕ ਕਰਵਾਇਆ। ਚੈੱਕਅਪ ਕਰਵਾਉਣ ਤੋਂ ਬਾਅਦ ਉਹਨਾਂ ਨੇ ਵੀ ਇਹੀ ਡਾਇਗਨੋਸ ਦੱਸਿਆ ਜੋ ਉਹਨਾਂ ਨੇ ਦੱਸਿਆ ਵੀ ਬਿਮਾਰੀ ਇਸ ਬੱਚੇ ਨੂੰ, ਅਤੇ ਅਗਾਂਹ ਫਰਦਰ ਉਹਨਾਂ ਨੇ ਜੋ ਇੰਜੈਕਸ਼ਨ ਦੱਸਿਆ ਉਹ ਸਾਡੇ ਲਈ ਸ਼ੌਕਿੰਗ ਸੀਗਾ, ਵੀ ਇੰਨਾ ਮਹਿੰਗਾ ਇੰਜੈਕਸ਼ਨ ਅਸੀਂ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਅਤੇ ਇੰਨਾ ਕਿੱਥੋਂ ਅਸੀਂ ਕਵਰ ਕਰ ਸਕਦੇ ਜੀ ਇਹਨੇ, ਵੀ ਔਖਾ ਹੈ ਸਾਡੇ ਲਈ। ਇੱਕ ਕਹਾਵਤ ਹੈਗੀ ਹੈ ਕਿ ਜਿਹੜਾ ਬਾਪ ਹੁੰਦਾ ਕਹਿੰਦੇ ਕਿ ਆਪਣਾ
ਮਾਂ ਪਿਓ ਤਾਂ ਆਪਣਾ ਕਹਿ ਰਹੇ ਕਿ ਖੂਨ ਵੇਚ ਕੇ ਵੀ ਬੱਚੇ ਪਾਲਦੇ ਆ, ਪਰ ਲੱਗਾ ਇੰਨੀ ਵੱਡੀ ਅਮਾਊਂਟ, ਲੱਗਦਾ ਕਿ ਹਰ ਇੱਕ ਚੀਜ਼ ਹੈਲਪ ਮਿਲ ਰਹੀ ਹੈ ਤੁਹਾਨੂੰ ਹਜੇ ਤੱਕ ਕਿਹੜੀ ਕਿਹੜੀ ਜਗ੍ਹਾ ਤੋਂ? ਹਾਂਜੀ ਸਰ, ਧਨੀ ਸੱਜਣ ਬਹੁਤ ਨੇ ਜੀ, ਫਿਰ ਉੱਥੋਂ ਹੀ ਸਾਨੂੰ ਵੀ ਹੋਸਪਿਟਲ ਦੇ ਥਰੂ ਵੀ ਪਤਾ ਲੱਗਿਆ ਵੀ ਕਿਸੇ ਦੋ ਕੁ ਬੱਚਿਆਂ ਨੇ ਆਪਦਾ ਇੰਪੈਕਟ ਡੋਨੇਸ਼ਨ ਕਰਾਊਡ ਫੰਡਿੰਗ ਕਰਕੇ ਡੋਨੇਸ਼ਨ ਇਕੱਠੀ ਕੀਤੀ ਹੈ ਜੀ, ਅਤੇ ਉਹਦੇ 'ਤੇ ਉਹਨਾਂ ਨੇ ਇੰਜੈਕਸ਼ਨ ਲਗਵਾਇਆ, ਅਤੇ ਅਸੀਂ ਵੀ ਉਸੇ ਪਲੇਟਫਾਰਮ 'ਤੇ ਇੰਪੈਕਟ ਗੁਰੂ 'ਤੇ ਜਾ ਕੇ ਵੀ ਆਪਦਾ ਫੰਡਿੰਗ ਦਾ ਸ਼ੁਰੂ ਕੀਤਾ ਸੀ ਪ੍ਰੋਗਰਾਮ, ਅਤੇ ਉਹ ਫੰਡਿੰਗ ਦਾ ਇਕੱਠੀ ਹੋ ਰਹੀ ਹੈ, ਪਰ ਦਾਨੀ ਸੱਜਣ ਬਹੁਤ ਨੇ ਆਪਣੇ ਪੰਜਾਬ 'ਚ ਜੀ, ਅਤੇ ਉਹ ਵੱਧ 'ਤੇ ਚੜ੍ਹ ਕੇ ਹਿੱਸਾ ਵੀ ਦਾਨ ਵੀ ਕਰ ਰਹੇ ਹੈ ਜੀ। ਤੁਹਾਨੂੰ ਕਦੋਂ ਪਤਾ ਲੱਗਾ ਸੀ, ਕਿੰਨੇ ਮੰਥ ਦੀ ਸੀਗੀ ਇਬਾਦਤ ਜਦੋਂ ਇਹ ਪਤਾ ਲੱਗ ਗਿਆ ਸੀ ਕਿ ਹੁਣ ਸਾਡੇ 14 ਕਰੋੜ ਦਾ ਟੀਕਾ ਲਵਾਉਣਾ ਪੈਣਾ, ਇੰਜੈਕਸ਼ਨ ਲਵਾਉਣਾ ਪੈਣਾ, ਅਤੇ ਹੁਣ ਕਿੰਨਾ ਟਾਈਮ ਹੋ ਗਿਆ ਕੋਸ਼ਿਸ਼ ਕਰਦੇ ਹੋਏ ਪੈਸੇ ਦੇ ਲਈ ਲੋਕਾਂ ਦੇ ਸਾਹਮਣੇ ਤੁਸੀਂ ਜਾ ਰਹੇ ਹੋ, ਗੱਲਬਾਤ ਕਰ ਰਹੇ ਹੋ ਉਹਨਾਂ ਦੇ ਨਾਲ? ਸਰ ਇਹ ਸਾਨੂੰ ਸਾਡੇ ਕੋਲ 3 ਮਹੀਨਿਆਂ 'ਤੇ ਇਹਦਾ ਟੈਸਟ ਰਿਪੋਰਟ ਆਈ ਸੀ, ਉਦੋਂ ਸਾਨੂੰ ਕਲੀਅਰ ਹੋ ਗਿਆ ਸੀ ਵੀ ਸਰ ਇਹਨੂੰ ਇਹ ਜੈਨਟਿਕ ਪ੍ਰੋਬਲਮ ਹੈ, ਅਤੇ ਉਸ ਤੋਂ ਬਾਅਦ ਤਾਂ ਇੱਕ ਵਾਰੀ ਸ਼ੋਕਿੰਗ ਹੋ ਕੇ ਅਤੇ ਅਸੀਂ ਸਰ ਘਰ ਹੀ ਬੈਠ ਗਏ ਸੀ ਵੀ ਅਸੀਂ ਕਿਤੇ ਵੀ, ਅਸੀਂ ਆਖਿਆ ਵੀ ਇੰਨੇ ਪੈਸੇ ਨਾ ਤਾਂ ਇਕੱਠੇ ਹੋਣੇ ਆ ਅਤੇ ਨਾ ਹੀ ਸਾਨੂੰ ਵੀ ਇੰਨੇ ਫੰਡ ਕਿੱਥੋਂ ਅਸੀਂ ਅਰੇਂਜ ਕਰਾਂਗੇ, ਪਰ ਫਿਰ ਰੈਲੇਟਿਵ ਸਾਡੇ ਨੇ ਜੋ ਘਰ ਦੇ ਮੈਂਬਰਾਂ ਨੇ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਇੱਕ ਵਾਰੀ ਵੀ ਕਰਕੇ ਤਾਂ ਦੇਖੋ ਵੀ ਕੀ ਐਫਰਟ ਹੁੰਦਾ ਵੀ ਜਿਹੜੇ ਕੁਛ ਕਿਸੇ, ਫਿਰ ਅਸੀਂ ਨੈੱਟ ਦੇ ਥਰੂ ਪਤਾ ਲੱਗਿਆ ਵੀ ਜਿਹੜੇ ਬੱਚਿਆਂ ਨੇ ਕਰਾਊਡ ਫੰਡਿੰਗ ਕਰਕੇ ਇੰਜੈਕਸ਼ਨ ਲਗਵਾਏ ਆ, ਫਿਰ ਅਸੀਂ ਉਹਨਾਂ ਨੂੰ ਮਿਲੇ, ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਅਸੀਂ ਫੰਡ ਰੇਜ਼ ਕੀਤਾ ਵੀ ਲੋਕਾਂ ਤੱਕ ਗਏ ਆ, ਅਪੀਲ ਕੀਤੀ ਆ ਨਿਊਜ਼ ਦੇ ਜ਼ਰੀਏ, ਮੀਡੀਆ ਦੇ ਜ਼ਰੀਏ, ਵੀ ਜਿਵੇਂ ਵੀ ਉਹਨਾਂ ਤੋਂ ਸਾਰਾ ਉਹਨਾਂ ਨੇ ਦੱਸਿਆ ਸਾਨੂੰ, ਫਿਰ ਉਸੇ ਤਰੀਕੇ ਅਸੀਂ ਵੀ ਇਹ ਫੰਡਿੰਗ ਸ਼ੁਰੂ ਕੀਤੀ ਨਿਊਜ਼ ਦੇ ਜ਼ਰੀਏ, ਵੀ ਉਸ ਜ਼ਰੀਏ ਹੁਣ ਅਸੀਂ ਪੇਮੈਂਟ ਇਕੱਠੀ ਡੋਨੇਸ਼ਨ ਇਕੱਠੀ ਕਰਨੀ ਸ਼ੁਰੂ ਕੀਤੀ ਹੈ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਹਾਨੂੰ ਕਦੋਂ ਪਤਾ ਲੱਗਿਆ ਔਰ ਉਸ ਸਮੇਂ ਜਦੋਂ ਪਤਾ ਲੱਗਿਆ ਤਾਂ ਕੀ ਸੋਚ ਰਹੇ ਸੀਗੇ, ਕੀ ਉਸ ਤੋਂ ਬਾਅਦ ਸੋਚਿਆ, ਕਿਉਂਕਿ ਭਾਅ ਜੀ ਨੇ ਵੀ ਦੱਸਿਆ ਕਿ ਇੱਕ ਵਾਰੀ ਤਾਂ ਅਸੀਂ ਵੀ ਉਮੀਦ ਛੱਡਤੀ ਸੀਗੀ? ਮੈਨੂੰ ਵੀ ਇਸ ਤਰ੍ਹਾਂ ਵੀ 3 ਮੰਥਸ ਦੇ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਜਿਵੇਂ ਬਾਕੀ ਬੱਚੇ ਜ਼ਿਆਦਾ ਮੂਵਮੈਂਟ ਕਰਦੇ ਵੀ ਇਹਦੀ ਮੂਵਮੈਂਟ ਬਿਲਕੁਲ ਘੱਟ ਆ, ਅਤੇ ਉਸ ਤੋਂ ਮੈਨੂੰ ਆਈਡੀਆ ਸੀ ਵੀ ਇਹਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ ਵੀ ਜਿਹੜੇ ਬਿਲਕੁਲ ਵੀ ਮੂਵਮੈਂਟ ਨਹੀਂ ਕਰਦੀ, ਵੀ ਆਪਦੀ ਨੈੱਕ ਵੀ ਮੂਵ ਨਹੀਂ ਕਰਦੀ ਨਾ ਹੀ ਆਪਦੀਆਂ ਆਰਮਸ ਲੈਗਸ। ਚਲੋ ਫਿਰ ਡਾਕਟਰ ਨੂੰ ਦਿਖਾਇਆ, ਡਾਕਟਰ ਨੇ ਸਾਨੂੰ ਇੱਦਾਂ ਜੈਨਟਿਕ ਟੈਸਟ ਬਾਰੇ ਕਿਹਾ ਵੀ ਉਹ ਕਰਵਾਉਂਦੇ ਹਾਂ, ਉਹਦੇ ਵਿੱਚ ਇਹ ਵਾਲਾ SMA type 1 ਦਾ ਇਹਨੂੰ ਡਾਇਗਨੋਜ਼ ਹੋਇਆ। ਬੱਚੇ ਤਾਂ ਮਾਪਿਆਂ ਨੂੰ ਬਹੁਤ ਪਿਆਰੇ ਹੁੰਦੇ, ਸਭ ਨੂੰ ਪਤਾ ਆਪਣੇ ਬੱਚੇ ਨੂੰ ਇੱਦਾਂ ਦੇਖਣਾ ਬਹੁਤ ਔਖਾ, ਬਹੁਤ ਸ਼ੌਕਿੰਗ ਸੀ ਸਾਡੇ ਲਈ। ਪਹਿਲਾਂ ਤਾਂ ਇੱਕ ਵਾਰੀ ਰੋ ਰੋ ਕੇ ਤਾਂ ਬੈਠ ਕੇ ਵੀ ਹੁਣ ਕੀ ਕਰਾਂਗੇ ਅਸੀਂ, ਵੀ ਬਹੁਤ ਔਖਾ ਟਾਈਮ ਹੈ। ਫਿਰ ਚਲੋ ਰਿਸ਼ਤੇਦਾਰਾਂ ਨੇ ਹੌਸਲਾ ਦਿੱਤਾ ਵੀ ਤੁਸੀਂ ਆਪਾਂ ਨੂੰ ਐਫਰਟ ਕਰਨਾ ਚਾਹੀਦਾ, ਵੀ ਐਫਰਟ ਕਰੋ, ਹੋ ਸਕਦਾ ਪਰਮਾਤਮਾ ਆਪਣਾ ਸਾਰਾ ਕੁਝ ਸਹੀ ਕਰ ਦੇ। ਇਸ ਲਈ ਅਸੀਂ ਪਲੈਟਫਾਰਮ ਚੁਣਿਆ ਵੀ ਅਸੀਂ ਮੀਡੀਆ ਦੇ ਥਰੂ ਲੋਕਾਂ ਨੂੰ ਅਪੀਲ ਕਰੀਏ ਵੀ ਤੁਸੀਂ ਸਾਡੀ ਵੱਧ ਤੋਂ ਵੱਧ ਮਦਦ ਕਰੋ, ਡੋਨੇਟ ਕਰੋ, ਸ਼ੇਅਰ ਕਰੋ, ਵੀ ਤਾਂ ਜੋ ਅਸੀਂ ਇਬਾਦਤ ਦੀ ਜਾਨ ਬਚਾ ਸਕੀਏ। ਤੁਸੀਂ ਇੰਨੀ ਹਿੰਮਤ ਕਰਕੇ ਅੱਗੇ ਆਏ ਹੋ, ਪਹਿਲੇ ਘਰ ਵੀ ਬਹਿ ਗਏ ਸੀ, ਫਿਰ ਰਿਸ਼ਤੇਦਾਰਾਂ ਨੇ ਵੀ ਤੁਸੀਂ ਦੱਸਿਆ ਹਿੰਮਤ ਦਿੱਤੀ, ਪਰ ਆਪਸ ਜਦੋਂ ਇਕੱਲੇ ਬੈਠਦੇ ਹੋਵੋਗੇ ਤਾਂ ਫਿਰ ਇੱਕ ਵਾਰੀ ਕੁਛ ਨਾ ਕੁਛ ਸੋਚਦੇ ਹੋਵੋਗੇ, ਰੱਬ ਨਾਲ ਵੀ ਗੁੱਸਾ ਗਿਲਾ ਕਰਦੇ ਹੋਵੋਗੇ। ਹਾਂਜੀ ਉਹ ਤਾਂ ਹੈ ਜੀ, ਵੀ ਕਰੀਦੇ ਮਾਲਕ ਨੂੰ ਵੀ ਕਿਸ ਤਰ੍ਹਾਂ ਵੀ ਤੁਸੀਂ ਇਹ ਵੀ ਜਿਹੜੀ ਤਕਲੀਫ ਲਾ ਲਓ ਭਾਵੇਂ ਜਿਵੇਂ ਮਰਜ਼ੀ ਲਾ ਲਓ, ਵੀ ਜੋ ਤੁਸੀਂ ਸਾਨੂੰ ਇਸ ਪਾਇਆ ਵੀ ਚਲੋ ਅਸੀਂ ਨਿਭਾਵਾਂਗੇ, ਜਿਵੇਂ ਵੀ ਜੋ ਉਹਨਾਂ ਨੇ ਸਾਡੀ ਡਿਊਟੀ ਲਾਈ ਹੈ, ਵੀ ਆਪਦੇ ਵੱਲੋਂ ਅਸੀਂ ਐਫਰਟ ਕਰਾਂਗੇ ਪੂਰਾ ਵੀ ਇਹਨੂੰ ਬਚਾਉਣ ਲਈ, ਵੀ ਜਿਸ ਤਰ੍ਹਾਂ ਵੀ ਹੋ ਸਕਦਾ ਉਵੇਂ ਕਰਾਂਗੇ ਅਸੀਂ। ਫਿਰ ਇੱਕ ਵਾਰੀ ਤਾਂ ਬੈਠ ਜੀ ਦਾ ਰਾਮਦਾਰੀ ਨਾਲ ਫਿਰ ਗੁਰੂ ਮਹਾਰਾਜ ਨੂੰ ਧਿਆ ਕੇ ਫਿਰ ਕੋਈ ਨਾ ਕੋਈ ਨਵਾਂ ਤਰੀਕਾ ਉਹ ਕੱਢ ਦਿੰਦੇ ਹੈ।
ਹਾਂਜੀ, ਫਿਰ ਜਿਸ ਤਰ੍ਹਾਂ ਹੁਣ ਪਹਿਲੇ ਅਸੀਂ ਜਦੋਂ ਸ਼ੁਰੂ ਕੀਤਾ ਪਹਿਲੇ ਵੀ ਸਿਰਫ ਮੈਸੇਜ ਥਰੂ ਕੀਤਾ, ਫਿਰ ਉਹਨਾਂ ਨੇ ਗਾਂ ਸਾਨੂੰ ਮੀਡੀਆ ਦੇ ਮੀਡੀਆ ਨਾਲ ਮਿਲਾਇਆ, ਫਿਰ ਉਸ ਤਰ੍ਹਾਂ ਗਾਂ ਦੀ ਗਾਂ ਹੁਣ ਨਿਕਲਦੇ ਆ ਰਹੇ ਆ, ਫਿਰ ਗਾਂ ਹੁਣ ਅਸੀਂ ਸੋਚ ਰਹੇ ਸੀ ਵੀ ਗਾਂ ਵੀ ਅਸੀਂ ਪੋਲੀਟੀਸ਼ਨ ਤੀਕਰ ਵੀ ਅਪਰੋਚ ਕਰਾਂਗੇ, ਕੋਈ ਗਾਂ ਵੀ ਸੈਲੀਬ੍ਰਿਟੀਜ਼ ਨੇ ਜਿਹੜੇ ਆਪਣੇ ਸਿੰਗਰ ਨੇ ਉਹਨਾਂ ਤੀਕਰ ਅਪਰੋਚ ਕਰਾਂਗੇ। ਹਾਲੇ ਤੱਕ ਕੋਈ ਅਪਰੋਚ ਕੀਤੀ ਕਿਸੇ ਪੋਲੀਟੀਸ਼ੀਅਨ ਤੇ ਸੈਲੀਬ੍ਰਿਟੀ ਨਾਲ ਕੋਈ ਗੱਲ ਹੋਈ? ਹਾਂਜੀ, ਇੱਕ ਹੈਗੇ ਜੀ ਆਪਣੇ ਕੈਬਨਿਟ ਮੰਤਰੀ ਨੇ ਲਾਲਜੀਤ ਭੁੱਲਰ ਹੋਣੀ, ਉਹਨਾਂ ਨਾਲ ਕੀਤੀ ਸੀ ਸਰ, ਉਹਨਾਂ ਨੇ ਮਦਦ ਵੀ ਕੀਤੀ ਸਾਡੀ ਗਾਂ, ਉਹਨਾਂ ਨੇ ਰੈਫਰੈਂਸ ਵੀ ਦਿੱਤੇ ਆ ਵੀ ਤੁਸੀਂ ਇਹਨਾਂ ਨੂੰ ਜਾ ਕੇ ਮਿਲ ਲਓ ਵੀ ਮੈਂ ਫੋਨ ਤੇ ਗੱਲ ਕਰ ਲਾਂਗੇ। ਸੈਲੀਬ੍ਰਿਟੀਜ਼ ਕਿਹੜੇ ਕਿਹੜੇ ਨੂੰ ਮੀਡੀਆ ਦੇ ਰਾਹੀਂ ਵੀ ਕਿਹੜੇ ਕਿਹੜੇ ਸੈਲੀਬ੍ਰਿਟੀ ਤੱਕ ਸੁਨੇਹਾ ਲਾਣਾ ਚਾਹੁੰਦੇ? ਸਰ ਮੈਂ ਸਾਰੇ ਤਕਰੀਬਨ ਸੈਲੀਬ੍ਰਿਟੀਜ਼ ਨੂੰ ਜੋ ਆਪਣੇ ਪੰਜਾਬ 'ਚ ਵੀ ਜ਼ਿਆਦਾ ਵੀ ਮੈਂ ਤਾਂ ਸਾਰਿਆਂ ਤੱਕ ਹੀ ਅਪੀਲ ਕਰ ਸਕਦਾ ਵੀ ਵੱਧ ਤੋਂ ਵੱਧ ਇਹਦੀ ਮਦਦ ਕਰ ਸਕਣ, ਵੀ ਕਿਉਂਕਿ ਫਿਲਮ ਇੰਡਸਟਰੀ ਵੀ ਬਹੁਤ ਆਪਣੀ ਅੱਜ ਕੱਲ੍ਹ ਵੀ ਹਾਈ ਲੈਵਲ ਹਾਈ ਹੈ ਜੀ, ਅਤੇ ਬਾਕੀ ਅਸੀਂ ਤਾਂ ਅਪੀਲ ਕਰ ਸਕਦੇ ਹਾਂ ਵੀ ਗਾਂ ਉਹਨਾਂ ਦੀ ਮਰਜ਼ੀ ਵੀ ਉਹ ਸਾਡੀ ਮਦਦ ਕਰਦੇ ਆ ਕਿ ਨਹੀਂ ਕਰਦੇ, ਵੀ ਮੇਰੀ ਇਹ ਵੀ ਅਸੀਂ ਅਪੀਲ ਕਰ ਸਕਦੇ ਹਾਂ ਉਹਨਾਂ ਦੀ ਕਰ। ਪਰ ਕਿਤਨਾ ਕਿਤੇ ਰਿਸ਼ਤੇਦਾਰ ਹੌਸਲਾ ਵੀ ਦਿੰਦੇ ਹੋਣੇ ਆ, ਅਤੇ ਕਈ ਲੋਕਾਂ ਨੇ ਨੈਗੇਟਿਵ ਕਮੈਂਟ ਵੀ ਕੀਤਾ ਹੋਣਾ ਕਿ ਕਿੱਦਾਂ ਹੋਊਗਾ ਸਾਰੀਆਂ ਚੀਜ਼ਾਂ ਕੁਛ। ਹਾਂਜੀ, ਉਹ ਤਾਂ ਹੈ ਵੀ ਇੰਨੀ ਅਮਾਊਂਟ ਦੇਖ ਕੇ ਤਾਂ ਸਾਰੇ ਕਹਿੰਦੇ ਵੀ ਬਹੁਤ ਔਖਾ ਇੰਨਾ ਕਰਨਾ, ਪਰ ਉਹ ਕੋਈ ਪੋਜ਼ਿਟਿਵ ਵਾਈਬਸ ਵੀ ਲੋਕ ਦੇ ਜਾਂਦੇ ਨੇ, ਅਸੀਂ ਤਾਂ ਪੋਜ਼ਿਟਿਵ ਵਾਈਬਸ ਲੈ ਕੇ ਅੱਗੇ ਤੁਰੇ ਹਾਂ ਵੀ ਅਸੀਂ ਤਾਂ ਆਪਦਾ ਐਫਰਟ ਕਰਾਂਗੇ, ਬਾਕੀ ਪਰਮਾਤਮਾ ਦੇ ਹੱਥ ਜੋ ਉਹਨਾਂ ਨੇ ਕਰਨਾ। ਅਤੇ ਲੱਗਦਾ ਨਹੀਂ ਕਿ ਦਿਲ ਨੂੰ ਵੀ ਉਹ ਚੀਜ਼ਾਂ ਲੱਗ ਜਾਂਦੀਆਂ ਜਦੋਂ ਇੱਕ ਬੰਦਾ ਵੀ ਨੈਗੇਟਿਵ ਕਮੈਂਟ ਕਰ ਦਿੰਦਾ ਜਾਂ ਕੋਈ ਕਿਸੇ ਨੇ ਕੁਛ ਇੱਦਾਂ ਦੀ ਗੱਲ ਕਹੀ ਜਿਹੜੀ ਦਿਲ ਨੂੰ ਚੁੱਭਦੀ ਹੈ, ਅੱਖਾਂ 'ਚ ਪਾਣੀ ਆ ਜਾਂਦਾ ਹੋਣਾ ਸੋਚ ਕੇ ਕਿ ਆਖਰ ਇੱਕ ਬੰਦਾ ਕਹਿ ਕੀ ਗਿਆ। ਹਾਂਜੀ, ਉਹ ਤਾਂ ਹੁੰਦਾ, ਪਰ ਅਸੀਂ ਉਸ ਚੀਜ਼ ਨੂੰ ਅਡੋਪਟ ਨਹੀਂ ਕਰਦੇ, ਅਸੀਂ ਛੱਡ ਦਿੰਦੇ, ਅਸੀਂ ਆਪਣੀ ਬੱਚੀ ਨੂੰ ਬਚਾਉਣ ਦੀ ਖਾਤਰ ਅੱਗੇ ਤੁਰੇ ਹਾਂ, ਅਤੇ ਅਸੀਂ ਇਹਨੂੰ ਇਹੀ ਮੋਟਿਵ ਲੈ ਕੇ ਚੱਲਣਾ ਵੀ ਅਸੀਂ ਇਹਦੇ ਲਈ ਜੋ ਕਰ ਸਕਦੇ ਅਸੀਂ ਕਰਾਂਗੇ। ਭਾਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਆਖਰ ਮੋਟੀਵੇਟ ਕਰਨ ਵਾਲੇ ਵੀ ਬਹੁਤ ਨੇ, ਪੋਜ਼ਿਟਿਵ ਬੰਦੇ ਵੀ ਬਹੁਤ ਨੇ, ਡੀ ਮੋਟੀਵੇਟ ਕਰਨ ਵਾਲੇ ਵੀ ਬਹੁਤ ਨੇ, ਨੈਗੇਟਿਵ ਬੰਦੇ ਵੀ ਬਹੁਤ ਨੇ, ਕੁਛ ਕੁਛ ਇੱਦਾਂ ਦਾ ਕਿਸੇ ਨੇ ਕੁਛ ਵੀ ਕਿਹਾ ਹੋਣਾ ਤੁਹਾਨੂੰ ਨੈਗੇਟਿਵ? ਹਾਂਜੀ ਭਾਜੀ, ਕਰਦੇ ਵੀ ਆ ਕਈ, ਪਰ ਜਿਵੇਂ ਮੈਸੇਜਾਂ ਦੇ ਵਿੱਚ ਆ ਵੀ ਰਹੇ ਨੇ ਕਮੈਂਟਸ, ਪਰ ਉਹਨਾਂ ਨੂੰ ਵੀ ਜੇ ਉੱਥੇ 10 ਬੰਦਿਆਂ ਨੇ ਪੋਜ਼ਿਟਿਵ ਦਿੱਤੇ ਆ ਅਤੇ ਇੱਕ ਬੰਦਾ ਵਿੱਚੋਂ ਨੈਗੇਟਿਵ ਵੀ ਦੇ ਜਾਏਗਾ, ਅਤੇ ਉਹਦੇ ਨਾਲ ਕੋਈ ਉਹ ਸਗੋਂ ਸਾਨੂੰ ਕਹਿਣ ਦੀ ਨਹੀਂ ਲੋੜ ਪੈਂਦੀ, ਉਹ ਜਿਹੜੇ ਮੀਡੀਆ ਵਾਲੇ ਆ ਜਿਹੜੇ ਉਹ ਬੰਦੇ ਦੇਖ ਰਹੇ ਆ ਉਹੀ ਉਹਨੂੰ ਜਵਾਬ ਦੇ ਰਿਹਾ ਪਲਟ ਕੇ ਵੀ ਹਾਂ ਵੀ ਤੂੰ ਇਹੋ ਜਿਹੇ ਕਿਉਂ ਬੋਲ ਰਿਹਾ। ਜਦੋਂ ਤੁਸੀਂ ਇਕੱਲੇ ਬੈਠਦੇ ਹੋਵੋਗੇ ਇਬਾਦਤ ਦੇ ਨਾਲ, ਤਾਂ ਇਬਾਦਤ ਹੁਣ ਬਿਲਕੁਲ ਮਤਲਬ ਕਿ ਬਿਲਕੁਲ ਬਹਿ ਨਹੀਂ ਸਕਦੇ ਹਜੇ ਤੱਕ, ਕੋਈ ਮੂਵਮੈਂਟ ਨਹੀਂ ਕਰ ਸਕਦੇ? ਨਹੀਂ, ਬਿਲਕੁਲ ਬੈਡ ਰਿਡਨ ਆ ਵੀ, ਨਾ ਤਾਂ ਨੈਕ ਹੋਲਡਿੰਗ ਵੀ ਨਹੀਂ ਹੈਗੀ ਵੀ ਇਸ ਚੀਜ਼ ਨੂੰ ਚੁੱਕਣਾ ਵੀ ਇਹਦੀ ਨੈਕ ਨੂੰ ਹੋਲਡ ਕਰਕੇ ਚੁੱਕਣਾ ਹੱਥ ਰੱਖ ਕੇ ਵੀ। ਪਰ ਇਹਨੂੰ ਇੱਦਾਂ ਇੰਨੀ ਗਰਮੀ 'ਚ ਫਿਰ ਹੋਰ ਵੀ ਕੋਈ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਹੋਣਗੀਆਂ। ਹਾਂਜੀ, ਡਾਕਟਰ ਨੇ ਸਮੇਂ ਨਹੀਂ ਹੈ ਕਿਹਾ ਵੀ ਇਹਨੂੰ ਇਨਫੈਕਸ਼ਨ ਤੋਂ ਬਚਾਉਣਾ, ਇਹਦੇ ਕੋਲਡ ਕਫ ਹੋ ਗਿਆ, ਫੀਵਰ, ਇਹਨੂੰ ਇਸ ਚੀਜ਼ ਤੋਂ ਬਚਾਉਣਾ ਵੀ। ਡਰ ਤਾਂ ਹੈ ਪਰ ਅਸੀਂ ਇਹਨੂੰ ਬਚਾਉਣ ਖਾਤਰ ਅੱਗੇ ਤੁਰੇ ਹਾਂ, ਅਤੇ ਚਲੋ ਪਰਮਾਤਮਾ ਸਾਡੀ ਹੈਲਪ ਕਰੇ, ਲੋਕ ਸਾਡੀ ਹੈਲਪ ਕਰਨ ਤਾਂ ਅਸੀਂ ਜ਼ਰੂਰ ਇਹਦੇ ਲਈ ਬਹੁਤ ਕੁਛ ਕਰ ਸਕਦੇ ਹਾਂ। ਇਬਾਦਤ ਦੇ ਹੈਂਡਸ ਵਗੈਰਾ 'ਚ ਹੈਗੇ ਆ ਕੋਈ? ਦੇਖੋ ਕਿੰਨੇ ਇਬਾਦਤ ਦੇ ਕਿੰਨੇ ਪਿਆਰੇ ਪਿਆਰੇ ਹੱਥ ਨੇ, ਹਾਲਾਂਕਿ ਇਸ ਬੱਚੀ ਨੂੰ ਪਤਾ ਵੀ ਨਹੀਂ ਹੋਣਾ ਕਿ ਇਹਨੂੰ ਕੀ ਬਿਮਾਰੀ ਹੈ, ਕਿਸ ਕਰਕੇ ਆਪਣੀ ਬੈਠ ਨਹੀਂ ਪਾਉਂਦੇ ਜਾਂ ਨੈਕ ਨੂੰ ਤੱਕ ਨਹੀਂ ਹਿਲਾ ਪਾਉਂਦੇ। ਅਤੇ ਆਖਰ ਦੇ ਵਿੱਚ ਭਾਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੀ ਤੁਹਾਨੂੰ ਦੇਖ ਰਹੇ ਹੈ? ਹੱਥ ਦੇ ਵਿੱਚ ਸਕੈਨਰ ਵੀ ਭਾਜੀ ਨੇ ਫੜਿਆ ਹੋਇਆ ਔਰ ਸਕੈਨਰ ਦੇ ਉੱਤੇ ਲਿਖਿਆ ਸੇਵ ਇਬਾਦਤ ਗੋਲ 14.5 ਕਰੋੜ। ਭਾਈ ਤੁਹਾਡਾ ਨਾਮ ਹੈਗਾ ਸੁਖਪਾਲ? ਹਾਂਜੀ ਭਾਈ, ਮੇਰਾ ਨਾਮ ਸੁਖਪਾਲ ਸਿੰਘ ਹੈ ਜੀ।
ਬਸ ਮੈਂ ਤੁਹਾਡੇ ਪਲੇਟਫਾਰਮ ਤੋਂ ਸਰ ਅਪੀਲ ਕਰਨਾ ਚਾਹੁੰਦਾ ਜੀ ਦਾਨੀ ਸੱਜਣਾਂ ਨੂੰ ਵੀ ਉਹ ਵੱਧ ਤੋਂ ਵੱਧ ਡੋਨੇਸ਼ਨ ਕਰਨ, ਵੱਧ ਤੋਂ ਵੱਧ ਸ਼ੇਅਰ ਕਰਨ, ਜੋ ਆਪਾਂ ਇਸ ਇਬਾਦਤ ਦੀ ਜਾਨ ਬਚਾ ਸਕੀਏ ਸਰ। ਥੈਂਕ ਯੂ ਜੀ। ਤੁਸੀਂ ਵੀ ਕੁਛ ਅਪੀਲ ਕਰਨਾ ਚਾਹੋ? ਹਾਂਜੀ, ਮੇਰੀ ਇਹ ਅਪੀਲ ਆ ਵੀ ਤੁਸੀਂ ਵੱਧ ਤੋਂ ਵੱਧ ਸਾਡੀ ਹੈਲਪ ਕਰੋ, ਡੋਨੇਟ ਕਰੋ, ਸ਼ੇਅਰ ਕਰੋ, ਤਾਂ ਜੋ ਅਸੀਂ ਇਬਾਦਤ ਨੂੰ ਬਚਾ ਸਕੀਏ ਅਤੇ ਇਹ ਵੀ ਇਸ ਦੁਨੀਆਂ ਨੂੰ ਦੇਖ ਸਕੀਏ, ਇੱਕ ਤੰਦਰੁਸਤੀ ਵਾਲੀ ਜ਼ਿੰਦਗੀ ਜਿਉਂ ਸਕੀਏ। ਬਿਲਕੁਲ, ਗੱਲਬਾਤ ਕੀਤੀ ਆ ਔਰ ਇਬਾਦਤ ਦੀਆਂ ਤਸਵੀਰਾਂ ਵੀ ਦਿਖਾਈਆਂ ਨੇ ਔਰ ਬਿਲਕੁਲ 6 ਮਹੀਨੇ ਦੀ ਬੱਚੀ ਹੈਗੀ ਔਰ ਤੁਸੀਂ ਦੇਖ ਸਕਦੇ ਹੋ, ਬਹਿ ਨਹੀਂ ਸਕਦੀ ਔਰ ਨੈਕ ਤੱਕ ਦੀ ਮੂਵਮੈਂਟ ਨਹੀਂ ਹੈਗੀ। ਮਾਂ ਪਿਓ ਦਾ ਤਾਂ ਉਦੋਂ ਹੀ ਮਰਨ ਹੋ ਜਾਂਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਬੱਚੇ ਦੇ ਵਿੱਚ ਇਹ ਬਿਮਾਰੀ ਹੈਗੀ ਹੈ। ਕੋਈ ਮਾਂ ਪਿਓ ਇਹ ਨਹੀਂ ਚਾਹੁੰਦਾ ਕਿ ਸਾਡਾ ਬੱਚਾ ਸਵਸਥ ਨਾ ਹੋਵੇ ਜਾਂ ਫਿਰ ਉਹ ਦੁਨੀਆ ਨਾ ਦੇਖ ਪਾਵੇ, ਪਰ ਇਹਨਾਂ ਤੋਂ ਜਿੰਨਾ ਹੋ ਰਿਹਾ, ਕੰਟਰੀਬਿਊਟ ਹੋ ਰਿਹਾ ਉਹ ਕਰ ਰਹੇ ਨੇ, ਮੀਡੀਆ ਦੇ ਕੋਲ ਵੀ ਜਾ ਰਹੇ ਨੇ ਔਰ ਵੱਖ ਵੱਖ ਪਲੇਟਫਾਰਮ 'ਤੇ ਕੋਸ਼ਿਸ਼ ਕਰ ਰਿਹਾ ਕਿ ਇਬਾਦਤ ਦੀ ਜਾਨ ਬਚਾਈ ਜਾਵੇ। ਤੁਹਾਡਾ ਵੀ ਇੱਕ ਛੋਟਾ ਕੰਟਰੀਬਿਊਟ ਇਸ ਬੱਚੀ ਦੀ ਜਾਨ ਬਚਾ ਸਕਦਾ। ਅਤੇ ਸਕੈਨਰ ਵੀ ਦਿੱਤਾ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਕਰੀਨ 'ਤੇ ਵੀ ਇਹਨਾਂ ਦੇ ਨੰਬਰ 'ਤੇ ਸਕੈਨਰ ਦੇਈਏ, ਜਿਸ ਕਰਕੇ ਤੁਸੀਂ ਇਹਨਾਂ ਦੀ ਹੈਲਪ ਕਰ ਸਕੋ। ਅਤੇ ਅਗਰ ਹੈਲਪ ਨਹੀਂ ਵੀ ਕਰਨੀ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਇਸ ਵੀਡੀਓ ਨੂੰ ਪਹੁੰਚਾ ਸਕਦੇ ਹੋ ਕਿ ਜਿਸ ਕਰਕੇ ਇਬਾਦਤ ਦੀ ਹੈਲਪ ਹੋ ਸਕੇ ਔਰ ਇਸ ਦੁਨੀਆ ਨੂੰ ਦੇਖ ਸਕੇ। ਵੀਡੀਓ ਜਰਨਲਿਸਟ ਜਸ਼ਨ ਦੇ ਨਾਲ ਮੈਂ ਪੰਜਾਬੀ ਟੀਵੀ ਚੰਡੀਗੜ੍ਹ।